अमृतपाल सिंह दा दोस्त भगवंत सिंह बाजीके वासी पिंड बाजीके धर्मकोट मोगा जिसनू की पंजाब पुलिस ने गिरफ्तार कर लिया सी अते राष्ट्रीय सुरक्षा एक्ट तहत आसाम की जेल में शिफ्ट किया। हुण इसे विचाले प्रधानमंत्री बाजीके दे पुत्र दी सरकार नू इक भावुक कर देण वाली अपील की गई है। जी हाँ, एक वीडियो पोस्ट की गई है, इत्थे पुत्र दे वलो की कुछ कह रहा है उन्हां दा पुत्र, आओ सुनदे हां। पापा नू 5 दिन हो गए, पापा मैं आपदा पेच चला के रोजी रोटी बनाउंदे ही हुण ते पापा जेल च गए चले, हुण घर दा जोणा नहीं सरदा गा ते 5 दिन नाले हो गए। नाले जेड़े इत्थे क्रिमिनल नू जेलां च ताड़िया, पंजाब च किन्नियां जेलां इत्थे नहीं रख सके ते आसाम च इन्नी दूर लै गया। जे कोले हुंदे कपड़ा लीड़ा दे ते आउंदे ते इन्नी दूर लै गए, मिलन भी जा सकदे गे, नाले इन्नी दूर हुण लै गए आ। की अपील करोगे सरकार? सरकार नू अही अपील करदे आ, जल्द तो जल्द इत्थे पंजाब च लै के लिआंदा जावे ते इन्नी दूर वाली जेल च ना रखण। ਤੁਹਾਨੂੰ ਦੱਸਣਾ ਚਾਹਾਂਗੇ ਕਿ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੀਕੇ ਦੇ ਪਰਿਵਾਰ ਅਨੁਸਾਰ ਉਹਨਾਂ ਦਾ ਪੁੱਤਰ ਸਮਾਜ ਸੇਵੀ ਹੈ। ਅੰਮ੍ਰਿਤਪਾਲ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤ ਛਕਿਆ, ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਦੀ ਮਿਲੀ ਸਜ਼ਾ। ਅੰਮ੍ਰਿਤਪਾਲ ਦਾ ਦੋਸਤ ਭਗਵੰਤ ਸਿੰਘ ਬਾਜੀਕੇ ਵਾਸੀ ਪਿੰਡ ਬਾਜੀਕੇ ਧਰਮਕੋਟ ਮੋਗਾ ਜਿਸ ਨੂੰ ਕਿ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਜਿਸ ਤੇ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਆਸਾਮ ਦੀ ਜੇਲ੍ਹ ਭੇਜਿਆ ਗਿਆ। ਭਗਵੰਤ ਸਿੰਘ ਬਾਜੀਕੇ ਨੇ ਪਹਿਲੀ ਜਮਾਤ ਤੱਕ ਹੀ ਪੜ੍ਹਾਈ ਕੀਤੀ ਹੈ, ਇਸ ਲਈ ਕਿਹਾ ਜਾ ਸਕਦਾ ਹੈ ਕਿ ਉਹ ਅਨਪੜ੍ਹ ਹੈ, ਜੋ ਸੋਸ਼ਲ ਮੀਡੀਆ ਤੇ ਮਸ਼ਹੂਰ ਹੈ। ਭਗਵੰਤ ਬਾਜੀਕੇ ਵਿਆਹਿਆ ਹੋਇਆ ਅਤੇ ਉਸਦਾ ਇੱਕ ਪੁੱਤਰ ਹੈ। ਭਗਵੰਤ ਬਾਜੀਕੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਤਾਂ ਅੰਮ੍ਰਿਤਪਾਲ ਦੇ ਨਾਲ ਵੀ ਨਹੀਂ ਰਹਿੰਦਾ ਸੀ, ਉਹ ਸਮੇਂ-ਸਮੇਂ ਤੇ ਆਪਣੀਆਂ ਵੀਡੀਓ ਸ਼ੇਅਰ ਕਰਦਾ ਸੀ, ਜਿਸ ਦਾ ਖਾਮਿਆਜ਼ਾ ਉਸ ਨੂੰ ਭੁਗਤਣਾ ਪਿਆ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਇੰਨਾ ਨਹੀਂ ਹੈ ਜਿੰਨਾ ਉਸ 'ਤੇ ਕੋਈ ਵੱਡਾ ਕੇਸ ਦਰਜ ਕੀਤਾ ਗਿਆ। ਉਸਨੇ ਅੰਮ੍ਰਿਤਪਾਲ ਦੇ ਸਾਥੀ ਦੀ ਰਾਈਫਲ ਨਾਲ ਫੋਟੋ ਪਾਈ ਸੀ। ਪਰਿਵਾਰ ਨੇ ਇਹ ਵੀ ਦੱਸਿਆ ਹੈ ਕਿ ਪੁਲਿਸ ਪਹਿਲਾਂ ਵੀ ਕਈ ਵਾਰ ਉਸਦੇ ਘਰ ਆਈ ਸੀ ਪਰ ਉਸ ਕੋਲ ਕੋਈ ਹਥਿਆਰ ਨਹੀਂ ਸੀ। ਉਸ ਦਿਨ ਜਦੋਂ ਉਹ ਖੇਤਾਂ ਵਿੱਚੋਂ ਚਾਰਾ ਇਕੱਠਾ ਕਰਨ ਗਿਆ ਸੀ ਤਾਂ ਪੁਲਿਸ ਨੇ ਉਸ ਨੂੰ ਉੱਥੋਂ ਭਜਾ ਲਿਆ ਅਤੇ ਉਸ 'ਤੇ NSA ਲਗਾ ਕੇ ਉਸ ਨੂੰ ਆਸਾਮ ਭੇਜ ਦਿੱਤਾ, ਜਿੱਥੋਂ ਤੱਕ ਉਹ ਵੀ ਨਹੀਂ ਜਾ ਸਕਦੇ ਸੀ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤਰ ਨੂੰ ਇੱਥੇ ਲਿਆਂਦਾ ਜਾਵੇ। ਕਖਾਲੀ ਉਹ ਪੱਠੇ ਵੱਢਣ ਗਿਆ ਤਾਂ ਉੱਥੇ ਹੀ ਉਹਨਾਂ ਨੇ ਮਗਰ ਪੁਲਿਸ ਚਲੀ ਗਈ। ਉਹਨੇ ਪਹਿਲੇ ਫਿਰ ਸਾਨੂੰ ਉਹਨਾਂ ਦੱਸਿਆ ਨਹੀਂ ਕੁਛ ਵੀ ਵੀ ਅਸੀਂ ਕਿੱਥੋਂ ਇਹ ਲੈ ਕੇ ਜਾਣਾ, ਕਿੱਥੇ ਨਹੀਂ। ਅਸੀਂ ਮਗਰ ਵੀ ਗਏ ਹਾਂ, ਉਹਨਾਂ ਆਖਿਆ ਇਸ ਤਾਂ ਲਿਆਂਦਾ ਹੀ ਨਹੀਂ ਗਾ, ਵੀ ਸਾਨੂੰ ਪਤਾ ਹੀ ਨਹੀਂ ਗਾ ਕਿਸੇ ਗੱਲ ਦਾ। ਵੀ ਮੁੜ ਕੇ ਦੂਸਰੇ ਦਿਨ ਜਿੱਦਣ ਇਹਨੂੰ ਉੱਥੇ ਪਹੁੰਚਾਤਾ ਨੇ, ਉਦੋਂ ਮਾੜੀ ਜੀ ਗੱਲ ਕਰਾਈ ਆ ਵੀ ਮੈਂ ਉੱਥੇ ਆਸਾਮ 'ਚ ਪਹੁੰਚਾਤਾ ਮੈਨੂੰ ਇਹਨਾਂ ਨੇ, ਅਤੇ ਮੇਰੇ ਮਗਰ ਵੀ ਪੈਰਵਾਈ ਕਰਿਓ ਜੀ। ਅਸੀਂ ਕਿਹਾ ਵੀ ਠੀਕ ਆ, ਹੁਣ ਇਹ ਆ ਵੀ ਅਸੀਂ ਉੱਥੇ ਕਿੱਥੋਂ ਪਹੁੰਚ ਗਏ ਜਾ ਕੇ। ਵੀ ਇਹੋ ਹਥਿਆਰ ਆਉਂਦੇ ਹੀ ਆਉਂਦੇ ਸੀ, ਇਹੀ ਕਿ ਸਾਡੇ ਘਰ ਤੋਂ ਕੁੱਤੇ ਨੂੰ ਮਾਰਨ ਜੋਗਾ ਸੋਟਾ ਨਹੀਂ ਹੈਗਾ ਤਾਂ ਹਥਿਆਰ ਕਿੱਥੋਂ ਪਏ ਅਸੀਂ ਲਿਆਉਣੇ ਨੇ, ਕਿੱਥੋਂ ਲੈਣੇ ਨੇ? ਅਸੀਂ ਕੋਈ ਹਥਿਆਰ ਨਹੀਂ, ਕੋਈ ਕੁਛ ਨਹੀਂ ਬਿਲਕੁਲ। ਜਿੰਨਾ ਵੀ ਉਹ ਅਸੀਂ ਜਿੱਥੇ ਆਖੋਗੇ ਅਸੀਂ ਉੱਥੇ ਸਹੁੰ ਦੇਣ ਨੂੰ ਵੀ ਤਿਆਰ ਹਾਂ। ਵੀ ਸੋਸ਼ਲ ਮੀਡੀਆ ਪੇਜ ਚਲਾਉਂਦਾ ਸੀ ਆਪਣਾ? ਹਾਂਜੀ, ਸੋਸ਼ਲ ਮੀਡੀਆ 'ਤੇ ਅਸੀਂ ਇੰਨਾ ਵੀ ਉਹ ਪੋਸਟਰ ਪਾ ਦਿੰਦਾ ਸੀ ਜਿਵੇਂ ਵੀ ਤੁਸੀਂ ਹੁਣ ਆਪ ਇੰਟਰਵਿਊ ਲੈਂਦੇ ਫਿਰਦੇ, ਉਵੇਂ ਹੀ ਉਹ ਚਲਾਈ ਫਿਰਦਾ ਸੀ। ਉਹ ਤਾਂ ਸਾਰੀ ਦੁਨੀਆਂ ਚਲਾਈ ਫਿਰਦੀ ਹੈ, ਇਹੋ ਹੀ ਹੈਗਾ ਸੀ। ਹੋਰ ਕੋਈ ਮੀਡੀਆ 'ਤੇ ਕਾਫੀ ਵਾਰ ਉਹਦੇ ਵੱਲੋਂ ਪੋਸਟਾਂ ਵੀ ਇਹੋ ਜਿਹੀਆਂ ਪਾਈਆਂ ਜਿਵੇਂ ਕਈ ਲੀਡਰਾਂ ਦੇ ਖਿਲਾਫ ਵੀ ਪੋਸਟਾਂ। ਹਾਂਜੀ ਹਾਂ, ਉਹ ਮੰਨਦੇ ਆ ਵੀ ਖਰੇ ਪਾਉਂਦਾ ਹੋਵੇਗਾ, ਇਹ ਤਾਂ ਮੰਨਦੇ ਆ ਵੀ ਇੱਕ ਦੂਜੇ ਨੂੰ ਬੋਲੀ ਆਉਂਦੇ ਨੇ। ਨਹੀਂ ਨਹੀਂ ਉਹ ਮੇਰੇ ਕੋਲੋਂ ਘਰੋਂ ਇੱਥੋਂ ਚਾਹ ਮੈਂ ਬਣਾਉਂਦੀ ਪਈ ਹਾਂ, ਪਹਿਲੋਂ ਮੀਡੀਆ ਵਾਲੇ ਤੁਹਾਡੇ ਵਰਗੇ ਆਏ ਨੇ, ਉਹ ਆਉਂਦੇ ਅਸੀਂ ਇੰਟਰਵਿਊ ਲੈਣ ਆਏ ਹਾਂ, ਉਹਨਾਂ ਨੇ ਇੰਟਰਵਿਊ 'ਤੇ ਲਿਆ ਕੇ ਅਤੇ ਇੱਥੇ ਵੀ ਬਾ ਲਿਆ ਆ ਵੀ ਇੰਟਰਵਿਊ ਲੈ ਲਾ ਵੀ ਉਹਨਾਂ ਦੇ ਅੱਗੋਂ ਆਣ ਕੇ ਪੁਲਿਸ ਆਈ ਚੁੱਕ ਕੇ ਲੈ ਗਈ ਆ। ਉਹ ਅਸੀਂ ਉਹਨੂੰ ਇੰਟਰਵਿਊ ਵਾਲੇ ਨੂੰ ਵੀ ਸਗੋਂ ਆਖਿਆ, ਇਹ ਕਿਹਾ ਅਸੀਂ ਤੈਨੂੰ ਵਿੱਚ ਬੁਲਾਉਣਾ ਹੈ ਵੀ ਤੂੰ ਵੀ ਕਾਹਤੋਂ ਇਹਨੂੰ ਪੱਚੇ ਨਾ ਵੀ ਸੱਦ ਕੇ ਤੈਨੂੰ ਬੁਲਾਇਆ ਵੀ ਵਿੱਚ ਵੀ ਫਸਾਇਆ। ਆਉਂਦਾ ਵੀ ਮੈਂ ਨਹੀਂ, ਮੇਰੀ ਕੋਈ ਕਾਰਵਾਈ ਨਹੀਂ। ਮੁੜ ਕੇ ਆਉਂਦਾ ਮੁੜ ਕੇ ਕੌਣ, ਅਸੀਂ ਇਹਨੇ ਜੋਗੇ ਨਹੀਂ ਜਿਹੜੇ ਕੇਸ ਕਰ ਦੇਈਏ ਪੁਲਿਸਾਂ 'ਤੇ। ਇਹ ਹੋ ਗਏ 6-7 ਮਹੀਨੇ ਮੈਨੂੰ ਮੇਰੇ ਵੀ ਇੰਨੇ, ਜਦੋਂ ਆ ਕਰੋਨਾ ਦਾ ਚੱਕਰ ਚੱਲਦਾ ਸੀਗਾ ਉਦੋਂ ਇਹਨਾਂ ਨੇ ਆਖੇ ਮਾਸਕਰ ਵੀ ਮਾਸਕਰ ਨਹੀਂ ਪਾਇਆ, ਸੜਕਾਂ 'ਤੇ ਘੁੰਮਦਾ ਫਿਰਦਾ ਵੀ ਆ, ਅਤੇ ਲੈ ਕੇ ਘਰੋਂ ਚੁੱਕ ਕੇ ਗਿਆ ਸੀ। ਹੈ ਹਾਂ ਕਰੋਨਾ ਕਾਲ 'ਚ ਵੀ। ਨਹੀਂ ਨਹੀਂ ਹੋਰ ਕੋਈ ਨਹੀਂ ਹੈਗੇ, ਮੈਂ ਹੋਰ ਕੋਈ ਨਹੀਂ। ਉਹ ਤੇ ਇਹਨੇ ਫੋਟੋ ਉੱਥੇ ਫੜ ਕੇ ਜਿਵੇਂ ਕਿਸੇ ਦੀ ਇੱਥੇ ਚਾਚੇ ਬਾਬੇ ਦੀ ਹੁੰਦੀ ਤਾਂ ਫੜ ਕੇ ਪਾ ਦੇਣੀ ਸੀਗੀ ਵੀ ਪਾ ਤੀ, ਅੱਗੇ ਲੋਕ ਪਾਉਂਦੇ ਹੀ ਆ। ਹੁਣ ਇਹਦਾ ਸਾਨੂੰ ਇਹ ਤਾਂ ਪਤਾ ਹੀ ਨਹੀਂ ਸੀ ਵੀ ਹੁਣ ਜੇ ਕੋਈ ਫੜ ਕੇ ਤਾਂ ਚਾਅ ਨਾ ਕਿਸੇ ਦੇ ਘਰੇ ਆਈ, ਜਨਾਨੀਆਂ ਪਾ ਦਿੰਦੀਆਂ ਨੇ ਫੜ ਕੇ। ਹਾਂ ਇਹਨੂੰ ਚੱਕਰ ਦਾ ਪਤਾ ਹੀ ਨਹੀਂ ਸੀ ਵੀ ਮੇਰੇ 'ਤੇ ਵੀ ਇਹ ਬਣ ਜਾਣੀ ਆ। ਵੀਰ ਕਹਿਣਾ ਅਸੀਂ ਤਾਂ ਇਹ ਮਿਹਨਤੀ ਕਰਦੇ ਹਾਂ ਵੀ ਸਾਡੇ ਬੱਚੇ ਨੂੰ ਜਲਦੀ ਤੋਂ ਜਲਦੀ ਇੱਥੇ ਲਿਆਂਦਾ ਜਾਏ, ਵੀ ਐਡੀ ਦੂਰ ਸਾਡੇ ਤੋਂ ਨਹੀਂ ਪਹੁੰਚ ਹੋਣੀ, ਕੋਈ ਸਾਡੇ ਤੋਂ ਪਹੁੰਚ ਹੋ ਹੀ ਨਹੀਂ ਸਕਦੀ।
ਤੇ ਨਜਾਇਜ਼ ਹੀ ਲੈ ਗਏ ਨੇ ਬਾਹਰੋਂ ਫੜ ਕੇ ਲੈ ਗਏ ਆ ਤੁਸੀਂ ਵੀਡੀਓ ਵੀ ਉਹਦੀ ਵੇਖ ਲਈ ਹੁੰਦੀ ਜੇ ਭੱਜਣਾ ਹੁੰਦਾ ਭੱਜ ਜਾਂਦਾ ਜੇ ਏਡਾ ਉਹ 2-3 ਕਿੱਲੇ ਦੂਰ ਸੀ ਜੇ ਉਹਨੇ ਭੱਜਣਾ ਹੁੰਦਾ ਉਹਨੇ ਭੱਜ ਜਾਣਾ ਸੀ ਪਰ ਉਹਦੇ ਵਿੱਚ ਹੀ ਉਹਦੇ ਸਾਫ਼ ਸੀ ਤੇ ਉਹਨੇ ਭੱਜਣਾ ਕਾਹਦੇ ਲਈ ਨਾ ਚੋਰ ਨਾ ਚੋਰ ਦਾ ਭਾਈ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਬਾਜੇ ਕੇ ਅੰਮ੍ਰਿਤਪਾਲ ਦਾ ਸਾਥੀ ਹੈ ਸਾਥੀ ਤਾਂ ਤੁਸੀਂ ਇੱਥੇ ਆਏ ਤੇ ਤੁਹਾਨੂੰ ਵੀ ਸਾਥੀ ਸਾਡਾ ਬਣਾ ਦੇਣਗੇ ਵੀ ਉੱਧਰ ਗਏ ਨੇ ਸਾਥੀ ਨਹੀਂ ਉਹਨਾਂ ਦੇ ਉਹ ਜੇ ਇੱਕ ਅੱਧੀ ਵਾਰੀ ਆਉਂਦੇ ਤਾਂ ਅੰਮ੍ਰਿਤ ਤੁਹਾਨੂੰ ਦੱਸਿਆ ਅੱਗੇ ਵੀ ਉਹਨਾਂ ਵੀਰਾਂ ਨੂੰ ਦੱਸੇ ਮੈਂ ਅੰਮ੍ਰਿਤ ਛਕ ਲਿਆ ਉਹਦੇ ਬੰਨੇ ਵੇਖ ਕੇ ਵੀ ਉਹ ਚੰਗੇ ਕੰਮ ਕਰਦਾ ਤੇ ਬਸ ਇੰਨਾ ਗੁਣਾ ਅਸੀਂ ਕਰ ਬੈਠੇ ਕੀ ਕਾਰਨ ਸਮਝਦੇ ਅਸੀਂ ਤਾਂ ਕਾਰਨ ਸਮਝਦੇ ਹਾਂ ਸਾਡੇ ਨਾਲ ਧੱਕਾ ਬਹੁਤ ਹੋ ਰਿਹਾ ਪਰ ਧੱਕਾ ਹੋਣਾ ਨਹੀਂ ਚਾਹੀਦਾ ਜੇ ਚੰਗਾ ਕੰਮ ਕਰਨੇ ਆ ਤੇ ਚੰਗੇ ਨੂੰ ਚੰਗਾ ਆਖਣਾ ਚਾਹੀਦਾ ਜੇ ਅੱਜ ਇਹਨੂੰ ਕੀਤਾ ਤੇ ਕੱਲ੍ਹ ਨੂੰ ਇੱਥੇ ਆ ਜੇ ਇੱਥੇ ਆ ਕੇ ਤੇ ਕੱਲ੍ਹ ਨੂੰ ਭਗੌੜਾ ਹੀ ਹੋ ਜੇ ਤੇ ਫਿਰ ਅਸੀਂ ਕੀ ਕਰ ਸਕਾਂਗੇ ਵੀ ਕੋਈ ਇਹਨਾਂ ਦਾ ਕੁੱਟਦਾ ਮਾਰਿਆ ਜਾਂ ਇਹਨਾਂ ਦਾ ਡਰਦਾ ਮਾਰਿਆ ਹੀ ਇੱਕ ਵਾਰੀ ਅਸੀਂ ਘਰ ਲਿਆਈ ਤੇ ਫਿਰ ਉਹ ਭਗੌੜਾ ਜਾਏਗਾ ਤੇ ਸਾਡਾ ਫਿਰ ਕੀ ਪੱਲੇ ਰਹੇਗਾ ਦੱਸੋ ਕੰਮ ਤਾਂ ਵੇਖ ਲਓ ਪੱਠੇ ਉਹ ਡੰਗਰ ਨੇ ਸਾਡੇ ਹੋਰ ਬਸ ਆਹ ਨਿੱਕੀਆਂ ਮੋਟੀਆਂ ਜਿਹੜੀਆਂ ਤੁਹਾਨੂੰ ਵੀਡੀਓ ਆਖਿਆ ਇਹ ਪਾਉਂਦਾ ਸੀ ਹਾਸੇ ਖੇਡੇ ਦੀਆਂ ਵੀ ਜੇ ਇੱਥੇ ਟਰੈਕਟਰ ਦੀ ਕਿਸੇ ਦੀ ਪਾਤੀ ਕਿਸੇ ਦੀ ਮੱਝ ਦੀ ਪਾਤੀ ਗਾਂ ਦੀ ਪਾਤੀ ਬਾਹਰ ਪੱਠੇ ਵਾੜਨਿਆਂ ਦੀ ਪਾਤੀ ਕਣਕ ਦੀ ਪਾਤੀ ਚਾਹੇ ਕੋਈ ਮੁੱਦਾ ਜੇ ਕਿਸੇ ਦਾ ਹੈਗਾ ਗਰੀਬ ਦਾ ਉਹਦਾ ਚੁੱਕਦਾ ਵੀ ਇਹ ਗਰੀਬ ਨੂੰ ਵਿਚਾਰੇ ਨੂੰ ਤੰਗੀ ਹੈ ਤੇ ਇਹਨੂੰ ਕੋਈ ਸਹਾਇਤਾ ਕਰ ਦਿਓ ਚਾਹੇ ਇਹਨੂੰ ਕੋਈ 2 ਰੁਪਈਏ ਦੇ ਦਿਓ ਕੋਈ ਆਟਾ ਕੋਟਾ ਦੇ ਦਿਓ ਵੀ ਮਾੜਾ ਬੰਦਾ ਹੈ ਇਹ ਤਾਂ ਥੋੜਾ ਚਿਰ ਹੀ ਹੋਇਆ ਵੱਧ ਤੋਂ ਵੱਧ ਮੈਂ 2-3 ਮਹੀਨੇ ਹੋ ਚੱਲੇ ਹੋਣੇ ਨੇ ਬਸ ਜਿਹੜਾ ਸੰਪਰਕ ਇਹਦਾ ਨਹੀਂ ਗਾ ਆਇਆ ਤੇ ਗਿਆ ਚਲਾ ਕਿਤੇ 1-2 ਵਾਰੀ ਗਿਆ ਆਇਆ ਤੁਹਾਨੂੰ ਅੱਗੇ ਵੀ ਉਹਨਾਂ ਨੂੰ ਦੱਸਿਆ ਵੀ ਰਹਿਣ ਮਾਮਲੇ ਤਾਂ ਤੁਹਾਨੂੰ ਦੱਸਿਆ ਹੀ ਇੱਕ ਮਾਸਕ ਦਾ ਹੈ ਤੇ ਇੱਕ ਜਿਵੇਂ ਤੁਹਾਨੂੰ ਅੱਗੇ ਵੀਰ ਨੂੰ ਵੀ ਦੱਸਿਆ ਵੀ ਫੋਟੋ ਜੇ ਇੱਥੇ ਕੋਈ ਆ ਜਾਏ ਤੇ ਆਪਾਂ ਉਹ ਮੋਟਰਸਾਈਕਲ ਹੀ ਮੇਰਾ ਮੈਂ ਨਵਾਂ ਲਿਆਂਦਾ ਤੇ ਤੁਸੀਂ ਆਖੋ ਮੈਂ ਫੋਟੋ ਖਿਚਾਉਣੀ ਤੇ ਮੈਂ ਆਖਣਾ ਨਾ ਖਿਚਾ ਇਹੀ ਆ ਗੱਲ ਹੀ ਹੈ ਉਹ ਕਿਤੇ ਫੋਟੋ ਖਿਚਾ ਬੈਠਾ ਹੈ ਤੇ ਚਲੋ ਉਹ ਵੀ ਹੁਣ ਤਾਂ ਸਰਕਾਰ ਦੀ ਮਰਜ਼ੀ ਵੀ ਜੋ ਮਰਜ਼ੀ ਥੋਪੀ ਤੁਰੀ ਜਾਵੇ ਪਰ ਸੁਣਵਾਈ ਹੋਣੀ ਸਾਡੀ ਚਾਹੀਦੀ ਹੈ ਜੇ ਸਾਡਾ ਇਹ ਦੂਜਾ ਜੇ ਕੁਛ ਕੀਤਾ ਹੋਵੇ ਫਿਰ ਸਾਨੂੰ ਡਰ ਕੋਈ ਨਹੀਂ ਜੇ ਸਾਡੇ ਮੁੰਡੇ ਨੇ ਅਪਰਾਧ ਹੀ ਕੋਈ ਨਹੀਂ ਕੀਤਾ ਜੇ ਕਦੋਂ ਵੀ ਉਹਦੀਆਂ ਡਿਟੇਲਾਂ ਕਢਾ ਕੇ ਵੇਖ ਲਓ ਉਹਦੀਆਂ ਚੈੱਕ ਕਰਾ ਲਓ ਉਹਦੀ ਕਦੋਂ ਜੇ ਜਿਵੇਂ ਫੰਡਿੰਗਾਂ ਦੇ ਨੇ ਕਿਤੇ ਉਹ ਵੇਖ ਲਓ ਉਹਦੇ ਖਾਤਾ ਵੇਖ ਲਓ ਕੋਈ ਮਾੜਾ ਚੰਗਾ ਹੈਗਾ ਉਹਦੇ 'ਚ ਵੇਖ ਲਓ ਉਹਦੀਆਂ ਮੋਬਾਈਲ ਦੀਆਂ ਡਿਟੇਲ ਕਢਾ ਕੇ ਵੇਖ ਲਓ ਕਿਸੇ ਨਾਲ ਸੰਬੰਧ ਨੇ ਕਿਹਦੇ ਨਾਲ ਨੇ ਅਸਲੇ ਦੀ ਗੱਲ ਵੀ ਕਹੀ ਜਾ ਰਹੀ ਕਿ ਪ੍ਰਧਾਨ ਮੰਤਰੀ ਕੋਲੇ ਨਜਾਇਜ਼ ਅਸਲਾ ਅਸਲਾ ਇੱਥੇ ਵੇਖ ਲਓ ਸਾਡੇ ਘਰ 3 ਵਾਰੀ ਤਾਂ ਚਲਾਸੀ ਲੈ ਗਈ ਪੁਲਿਸ ਜੇ ਤਾਂ ਉਹਨੂੰ ਕੋਈ ਡੰਡਾ ਵੀ ਲੱਭਾ ਤਾਂ ਸਾਨੂੰ ਤਾਂ ਪਾ ਦੇ ਡੰਡਾ ਵੀ ਜਿਹੜਾ ਲੱਭਾ ਉਹਨੂੰ 3 ਵਾਰੀ ਤਲਾਸ਼ੀ ਲੈ ਕੇ ਗਈ ਅੱਛਾ ਤੀਜੀ ਵਾਰ ਹੁਣ ਨਹੀਂ ਲੈਣ 2 ਵਾਰੀ ਲੈ ਗਈ ਤੀਜੀ ਵਾਰ ਇਹਨਾਂ ਆਖਿਆ ਨਹੀਂ ਤੁਸੀਂ ਲਿਆਓ ਸਰਪੰਚ ਨੂੰ ਤੁਸੀਂ ਲਿਆਓ ਕੁਛ ਮੋਹ ਵਾਰ ਬੰਦੇ ਤਾਂ ਤਲਾਸ਼ੀ ਲੈ ਲਓ ਤੁਸੀਂ ਅੰਦਰ ਵੜੋ ਤੇ ਕੋਈ ਹਥਿਆਰ ਰੱਖ ਦਿਓ ਤੇ ਤੁਸੀਂ ਆਖਣਾ ਉਹਦੇ ਅੰਦਰੋਂ ਨਿਕਲਿਆ ਜੀ ਮਿਲਣ ਤੇ ਉਹਨੂੰ ਸਾਰੇ ਚਲੇ ਜਾਂਦੇ ਜੇ ਮਿਲਣ ਗਿਆ ਚਲਾ ਤਾਂ ਇਹ ਥੋੜ੍ਹਾ ਵੀ ਹੁਣ ਪਰਚਾ ਹੀ ਪਾ ਦੇਣਾ ਹੁਣ ਇਹਨੂੰ ਤੇ ਲੱਗ ਕੇ ਲਿਆਂਦਾ ਜਾਵੇ ਇੱਥੇ ਕਹਿੰਦੇ ਅਸੀਂ ਇੰਨੇ ਜੋਗੇ ਨਹੀਂ ਹੈਗੇ ਦੂਰ ਜਾਣ ਜੋਗੇ ਨਹੀਂ ਹੈਗੇ ਅੰਮ੍ਰਿਤਪਾਲ ਕਿਹੜਾ ਮਾੜਾ ਕਰਦਾ ਸੀ ਅੰਮ੍ਰਿਤਪਾਲ ਅੰਮ੍ਰਿਤ ਹੀ ਛਕਾਉਂਦਾ ਸੀ ਕੋਈ ਨਸ਼ਾ ਤਾਂ ਨਹੀਂ ਵੇਚਦਾ ਸੀ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਤਾਂ ਚੁੱਕਦੇ ਨੀਗੇ ਤੇ ਸਿੱਧੂ ਨੂੰ ਮਾਰ ਦਿੱਤਾ ਉਹਨੂੰ ਗੈਂਗਸਟਰ ਹਲੇ ਲੱਭੇਗਾ ਹਲੇ ਕੁਛ ਨਹੀਂ ਲੱਭਾ ਤੇ ਇਹਨਾਂ ਨੂੰ ਤਾਂ ਮਿੰਟ ਲਾਇਆ ਚੁੱਕਣ ਲੱਗਿਆ ਨਾ ਨਜਾਇਜ਼ ਧੱਕਾ ਕਰਦੀ ਪਈ ਸਰਕਾਰ ਜਿੰਨਾ ਕਰਦੀ ਪਈ ਨੈਸ਼ਨਲ ਸਿਕਿਉਰਿਟੀ ਐਕਟ ਵੀ ਲਗਾ ਦਿੱਤਾ ਗਿਆ ਹਾਂਜੀ ਨੈਸ਼ਨਲ ਸਿਕਿਉਰਿਟੀ ਐਕਟ ਵੀ ਲਗਾ ਦਿੱਤਾ ਹਾਂਜੀ ਇੱਥੇ ਕਹਿੰਦੇ ਨਜਾਇਜ਼ ਕੀਤਾ ਜਿੰਨਾ ਕੀਤਾ ਨਾ ਕੀ ਮੰਗ ਕੀ ਕਰਦੇ ਅਸੀਂ ਤੇ ਕਹਿੰਦੇ ਲਾਗੇ ਲਿਆਂਦਾ ਜਾਵੇ ਵੀ ਨਜਾਇਜ਼ ਨਾ ਧੱਕਾ ਨਾ ਕਰਨ ਉਹਦੇ ਨਾਲ ਫ੍ਰੀ ਸੇਵਾ ਫ੍ਰੀ ਸੇਵਾ ਜੀ ਹਾਂ ਪੰਜਾਬੀ ਭੈਣਾਂ ਤੇ ਭਰਾਵਾਂ ਲਈ ਇੱਕ ਸੁਨੇਹਾ ਅਜਿਹਾ ਕਿ ਜਿਸ ਨੂੰ ਪੜ ਤੇ ਸੁਣ ਤੁਸੀਂ ਬਦਲ ਸਕਦੇ ਹੋ ਆਪਣੀ ਜ਼ਿੰਦਗੀ ਇਸ ਨੂੰ ਨਾ ਸਮਝਣਾ ਕੋਈ ਇਸ਼ਤਿਹਾਰ ਦੁਨੀਆ ਭਰ ਦੇ ਵਿੱਚ ਤੁਸੀਂ ਘੁੰਮੇ ਹੋਣੇ ਜੋਤਸ਼ੀ ਮੌਲਵੀਆਂ ਤਾਂਤਰਿਕਾਂ ਤੇ ਬਾਬਿਆਂ ਕੋਲ ਪਰ ਨਹੀਂ ਜੇ ਬਣਿਆ ਹੱਲ ਤਾਂ ਮੈਂ ਕਰਾਂਗਾ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਪਰੇਸ਼ਾਨੀ ਜਿਵੇਂ ਅੱਡਾ ਪਤੀ ਜਾਂ ਬੇਟਾ ਕਿਸੇ ਹੋਰ ਹੱਥਾਂ ਵਿੱਚ ਹੈ ਘਰ ਵਿੱਚ ਕਲੇਸ਼ ਰਹਿੰਦਾ ਬੱਚੇ ਮਨਮਾਨੀ ਕਰਦੇ ਨੇ ਪਤੀ ਪਤਨੀ ਦੀ ਬਣਦੀ ਨਾ ਹੋਵੇ ਜਾਂ ਫਿਰ ਵਿਦੇਸ਼ ਦੇ ਵਿੱਚ ਪੱਕਾ ਹੋਣਾ ਹੋਵੇ ਤੁਸੀਂ ਕਰਜ਼ੇ ਤੋਂ ਪਰੇਸ਼ਾਨ ਹੋ ਜਾਂ ਲਾਟਰੀ ਵਾਸਤੇ ਪੈਸਾ ਬਰਬਾਦ ਕਰ ਚੁੱਕੇ ਹੋ ਤੁਹਾਡੀ ਕਿਸਮਤ ਵਿੱਚ ਲਾਟਰੀ ਹੈ ਜਾਂ ਨਹੀਂ ਇਹ ਵੀ ਪਤਾ ਕਰੋ ਮੇਰੇ ਕੋਲੋਂ ਪਿਆਰ ਵਿੱਚ ਧੋਖਾ ਨੌਕਰੀ ਕਾਰੋਬਾਰ ਚ ਪਰੇਸ਼ਾਨੀ ਜ਼ਮੀਨ ਜਾਇਦਾਦ ਦੀ ਸਮੱਸਿਆ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਪਰੇਸ਼ਾਨੀ ਜਿਵੇਂ ਸੌਤਨ ਤੋਂ ਛੁਟਕਾਰਾ ਨਵਗ੍ਰਹਿ ਪੂਜਾ ਮੰਗਲ ਦੋਸ਼ ਪੂਜਾ ਨਸ਼ਾ ਮੁਕਤੀ ਜਾਂ ਫਿਰ ਸਰੀਰ ਦਾ ਕੋਈ ਵੀ ਕਸ਼ਟ ਹੋਵੇ ਮੈਂ ਹਰ ਤਰ੍ਹਾਂ ਦਾ ਕਸ਼ਟ ਜਾਂ ਹਰ ਤਰ੍ਹਾਂ ਦੀ ਪਰੇਸ਼ਾਨੀ ਕਰਾਂਗਾ ਦੂਰ ਤੇ ਇਸ ਕੇਸ ਦੇ ਵਿੱਚ ਮਿਲੇਗੀ ਤੁਹਾਨੂੰ ਹਰ ਪਾਸਿਓਂ ਸਫਲਤਾ ਤੁਹਾਡੀ ਜ਼ਿੰਦਗੀ ਵਿੱਚ ਜੇਕਰ ਕੋਈ ਦੁੱਖ ਜਾਂ ਪਰੇਸ਼ਾਨੀ ਹੈ ਪਾ ਤੁਸੀਂ ਕਰਨਾ ਹੈ ਤੇ ਰਸਤਾ ਅਸੀਂ ਦਿਆਂਗੇ ਸਮੱਸਿਆ ਕੋਈ ਵੀ ਹੋਵੇ ਪਰ ਫੀਸ ਕੋਈ ਨਹੀਂ ਜੇਕਰ ਮਾਤਾ ਨੂੰ ਮੰਨਦੇ ਹੋ ਤਾਂ ਇੱਕ ਵਾਰ ਜ਼ਰੂਰ ਫੋਨ ਕਰੋ ਮੋਬਾਈਲ ਨੰਬਰ 7973822721 ਪੰਡਿਤ ਸ਼੍ਰੀ ਜੀ
100% गारंटी नाल पाओ हर परेशानी दा।